ਭਾਈ ਮੈਂ ਹੁਣੇ ਆਇਆ ਥੋੜ੍ਹੀ ਦੇਰ ਪਹਿਲੇ ਦੁਕਾਨ 'ਤੇ, ਮੈਂ ਗਿਆ ਸੀ ਬਾਹਰ ਦਰਅਸਲ ਕੰਮ ਕਰਨਾ, ਅਤੇ ਹੁਣੇ ਆਇਆ ਤਾਂ ਕੋਈ ਅੱਧਾ ਘੰਟਾ ਹੋਇਆ, ਅਤੇ ਕੋਈ ਬੰਦਾ ਆਇਆ ਸੀ ਅਤੇ ਮੁੰਡਾ ਜਿਹਾ ਬੰਦਾ ਆਇਆ ਸੀ ਅਤੇ ਉਹ ਲਾਈਟ ਲਾ ਕੇ ਚਲਾ ਗਿਆ, ਅਤੇ ਭਾਈ ਅੱਜ ਦੀ ਗੱਲ ਹੈ, ਹੁਣੀ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਹੈ, ਤੇ ਉਹ ਆਇਆ ਤੇ ਲਾਈਟ ਲਾ ਕੇ ਚਲਾ ਗਿਆ। ਇਸ ਤੋਂ ਪਹਿਲਾਂ ਇਹ ਲਾਈਟ ਬੰਦ ਸੀਗੀ? ਹਾਂ ਲਾਈਟ ਬੰਦ ਸੀਗੀ ਇਹਦੀ। ਕਿੰਨੇ ਦਿਨ ਤੋਂ ਬੰਦ ਸੀਗੀ? ਇਹ ਇਹਦੀ ਹੋ ਗਿਆ ਮੇਰੇ ਖਿਆਲ 'ਚ 10 ਦਿਨ ਤੋਂ ਵੱਧ ਹੀ ਹੋ ਗਿਆ ਨਾ। ਉਹ ਬੰਦਾ ਲਾਈਟ ਲਾ ਕੇ ਗਿਆ ਸੀ, ਕੌਣ ਸੀ? ਮਹਿਕਮੇ ਦੱਸੀ ਕੌਣ ਸੀਗਾ? ਮਹਿਕਮੇ ਦਾ ਹੀ ਬੰਦਾ ਸੀ, ਮੈਂ ਧਿਆਨ ਨਹੀਂ ਦਿੱਤਾ ਇੰਨਾ, ਬੰਦਾ ਮਹਿਕਮੇ ਦਾ ਹੀ ਸੀ। ਮੇਰਾ ਨਾਮ ਬੋਧ ਰਾਜਾ ਜੀ। ਕੀ ਮਸਲਾ ਜੀ? ਮਸਲਾ ਇਹ ਹੈ ਜੀ, ਮੇਰੀ ਨਾ ਲਾਈਟ ਜਿਹੜੀ ਹੈ, ਇਹ ਮੇਰਾ ਬਿੱਲ ਆਇਆ ਸੀ 17,000 ਰੁਪਈਆ, ਠੀਕ ਹੈ ਜੀ, ਅਤੇ 17,000 ਰੁਪਇਆ ਮੇਰਾ ਬਿੱਲ ਆਇਆ ਸੀ, ਅਤੇ ਇਹਨਾਂ ਕੀ ਕੀਤਾ ਕਿ ਉਹਦੀ ਲਾਸਟ ਡੇਟ ਸੀ 26 ਤਰੀਕ, 26 ਤਰੀਕ ਲਾਸਟ ਸੀ, ਇਹ ਮੇਰੀ ਲਾਈਟ ਜਿਹੜੀ ਹੈ 21 ਤਰੀਕ ਨੂੰ ਕੱਟ ਗਿਆ। ਮੈਂ ਜੇ ਸਾਹਿਬ ਜੀ ਤੁਸੀਂ ਇੱਦਾਂ ਕਰੋ ਕਿ ਲਾਈਟ ਜਿਹੜੀ ਮੇਰੀ ਰਹਿਣ ਦਿਓ, ਅਤੇ ਮੈਂ 26 ਤਰੀਕ ਨੂੰ ਜਮ੍ਹਾਂ ਕਰਾ ਦਾਂਗਾ। ਕਹਿੰਦੇ ਨਹੀਂ ਵੀ ਤੈਨੂੰ 26 ਤਰੀਕ ਨੂੰ ਨਹੀਂ, ਤੈਨੂੰ ਅਸੀਂ ਲਾਈਟ ਕੱਟ ਦੇਣੀ ਹੈ, ਅਤੇ ਆਪਾਂ ਲਾਈਟ ਕੱਟਣਾ ਆ, ਸਾਹੀਂ 26 ਨਹੀਂ ਦੇਖਣੀ ਤੇਰੀ। ਮੈਂ ਚਲੋ ਠੀਕ ਹੈ ਜੀ। ਇਹ ਆਏ ਨੇ ਜੀ ਮੇਰੇ ਖਿਆਲ 21 ਜਾਂ 22 ਤਰੀਕ ਨੂੰ, 21 ਜਾਂ 22 ਤਰੀਕ ਨੂੰ ਲਾਈਟ ਇਹਨੇ ਕੱਟਤੀ ਮੇਰੀ। ਉਹਦੇ ਬਾਅਦ ਮੈਂ ਆਪਣਾ ਬਿੱਲ ਜਮ੍ਹਾਂ, ਫਿਰ ਮੈਨੂੰ ਮੈਂ ਕਿਸੇ ਸੱਜਣ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋਗੇ ਯਾਰ, ਮੇਰਾ ਬਿੱਲ ਇਹਦੇ ਇਹਨਾਂ ਲਾਈਟ ਮੇਰੀ ਕੱਟ ਦਿੱਤੀ ਹੈ, ਤਾਂ SDO ਸਾਹਿਬ ਕੋਲੋਂ ਕਹਾਇਆ ਮੈਂ ਇਹਨਾਂ ਨੂੰ ਵੀ ਅੱਧਾ ਬਿੱਲ ਜਮ੍ਹਾਂ ਕਰਵਾ ਦਿੰਦਾ ਮੈਂ। ਉਹਨੇ ਕਿਹਾ ਵੀ ਚਲੋ ਠੀਕ ਹੈ, ਅੱਧਾ ਬਿੱਲ ਜਮ੍ਹਾਂ ਕਰਵਾ ਦਿਓ, ਅਤੇ ਉਹਨਾਂ ਨੂੰ ਬੋਲੋ ਕਿ ਅੱਧਾ ਬਿੱਲ ਜਮ੍ਹਾਂ ਕਰਵਾ ਦਿਉ। ਜਦੋਂ ਅੱਧਾ ਬਿੱਲ ਮੈਂ ਇਹਨਾਂ ਨੂੰ ਬੁਲਾਇਆ, ਅੱਧਾ ਬਿੱਲ ਜਮ੍ਹਾਂ, ਕਹਿੰਦਾ ਨਹੀਂ ਮੈਂ ਪੂਰਾ ਲੈਣਾ। ਉਹਦੇ ਬਾਅਦ ਕੀ ਹੋਇਆ ਜੀ? ਉਹਦੇ ਬਾਅਦ ਮੈਂ ਜਿੰਨੇ ਵੀ ਪੂਰੀ ਪੇਮੈਂਟ ਕਲੀਅਰ ਕਰਤੀ, 17,000 ਰੁਪਈਆ, ਅਤੇ ਮੇਰੀ ਬੱਤੀ ਅੱਜ ਤੱਕ ਮਤਲਬ 3 ਤਰੀਕ ਹੋ ਗਈ, 3 ਤਰੀਕ ਹੋ ਗਈ, 3 ਤਰੀਕ ਹੋ ਗਈ, ਅਤੇ ਅੱਜ ਤੱਕ ਮੇਰੀ ਲਾਈਟ ਨਹੀਂ ਲੱਗੀ। ਲਾਈਟ ਤੁਹਾਡੀ ਮੀਟਰ ਦੇ ਵਿੱਚ ਜਗ ਰਹੀ ਹੈ ਜੀ ਹੁਣ? ਜਗ ਰਹੀ ਹੈ, ਲੇਕਿਨ ਮੈਂ ਤਾਂ ਪਤਾ ਨਹੀਂ, ਤਾਂ ਫਿਰ ਹੁਣ ਕੋਈ ਲਾ ਗਿਆ ਹੋਣਾ ਜੀ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਮੈਂ ਤਾਂ ਮੇਰੀ ਦੁਕਾਨ ਬੰਦ ਸੀ, ਇਹ ਕਿੱਦਾਂ ਲਾ ਗਿਆ ਕੋਈ? ਇੱਧਰ ਬਾਹਰ ਵੀ ਹਨੇਰਾ ਪਿਆ ਸਾਰੇ ਕਿਤੇ। ਤੁਹਾਡੇ ਬਿੱਲ ਦੀ ਤਰੀਕ ਨਹੀਂ ਲਾਸਟ ਜੀ? ਲਾਸਟ ਮੇਰੀ ਬਿੱਲ ਦੀ ਤਰੀਕ ਜੀ 26। ਲਾਈਟ ਕਿੰਨੀ ਤਰੀਕ ਨੂੰ ਕੱਟੀ ਹੈ? ਲਾਈਟ ਨਾ ਮੇਰੀ ਕੱਟਤੀ ਹੈ 21 ਸ਼ਾਇਦ ਜਾਂ 22 ਦੀ। ਉਹਦੀ ਸਰਕਾਰ ਨੇ ਜਾਂ ਵਿਭਾਗ ਨੇ ਇੱਕ ਨਿਰਦੇਸ਼ ਜਾਰੀ ਕੀਤੇ ਸੀਗੇ ਕਿ ਆਪਾਂ 31 ਤਰੀਕ ਤੱਕ ਬਿੱਲ ਜਮ੍ਹਾਂ ਨਹੀਂ ਹੋਣਗੇ ਤਾਂ ਲਾਈਟ ਕੱਟਾਂਗੇ। ਹਾਂਜੀ, ਤੁਸੀਂ 31 ਤਰੀਕ ਤੋਂ ਪਹਿਲਾਂ ਬਿੱਲ ਜਮ੍ਹਾਂ ਕਰਵਾਤਾ ਸੀ ਆਪਾਂ ਨੇ? ਨਹੀਂ। ਹਾਂਜੀ 31 ਤਰੀਕ ਤੋਂ ਪਹਿਲੇ ਕਰਵਾਤਾ, 31 ਤਰੀਕ ਨੂੰ ਲਾਸਟ ਮਤਲਬ ਉਹਦੇ ਪਹਿਲੇ ਕਰਵਾਤਾ ਜਮ੍ਹਾਂ। ਹਾਂਜੀ, ਜਦੋਂ ਮੈਂ ਬਿੱਲ ਜਮ੍ਹਾਂ ਕਰਵਾਉਣ ਗਿਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ 28 ਤਰੀਕ ਨੂੰ ਮੈਂ ਗਿਆ, ਅੱਧਾ ਬਿੱਲ ਲੈ ਕੇ 11,000 ਰੁਪਏ ਮੈਂ ਉੱਥੇ ਭੇਜਿਆ, ਤਾਂ ਉਹ ਮੈਨੂੰ ਕਹਿਣ ਲੱਗੇ ਕਿ ਵੀ ਯਾਰ ਤੂੰ ਇੱਦਾਂ ਕਰ ਕੇ 11 ਨੂੰ ਪੂਰਾ ਕਰਵਾ ਦੇ ਜਮ੍ਹਾਂ। ਮੈਂ ਕਿਹਾ ਮੇਰੇ ਕੋਲੋਂ ਪੂਰੇ ਇਸ ਵੇਲੇ ਨਹੀਂ, ਅਤੇ ਮੈਂ ਬਾਹਰੋਂ ਲੈਣੇ ਆ ਪੈਸੇ। ਉਹ ਕਹਿੰਦੇ ਕਿ ਨਹੀਂ ਤੁਸੀਂ ਇੱਦਾਂ ਕਰੋ ਕਿ ਅਗਰ ਨਹੀਂ ਪੂਰੇ ਕਰਾਓ ਤਾਂ 31 ਤਰੀਕ ਨੂੰ ਤੁਹਾਡਾ ਬਿੱਲ ਮੀਟਰ ਆਪਾਂ ਕੱਟ ਦੇਣਾ, ਪਰ ਲੇਕਿਨ ਮੇਰਾ ਮੀਟਰ ਦੇਣਾ 22 ਤਰੀਕ ਦਾ ਕੱਟ ਦਿੱਤਾ ਸੀ। ਭਾਅ ਜੀ, ਫਤਿਹਪੁਰ ਦੇ ਵਿੱਚ ਇੱਕ ਬਹੁਤ ਰਾਜ ਦਾ ਬ੍ਰਿਜ ਦਾ ਕਨੈਕਸ਼ਨ ਕੱਟਿਆ ਗਿਆ ਸੀ ਕਲੀਅਰ 21-22 ਤਰੀਕ ਨੂੰ। ਹਾਂਜੀ, ਉਹਨਾਂ ਦੀ ਬਿੱਲ ਦੀ ਤਰੀਕ ਸੀਗੀ 26। ਹਾਂਜੀ, ਸਾਡੇ ਕਿਹਾ 26 ਤਰੀਕ ਆਪਣੇ ਕੋਲ ਹੋਏ ਅਤੇ ਕਿਤੇ ਨੂੰ ਕਨੈਕਸ਼ਨ ਕੱਟ ਸਕਦੇ ਹਾਂ ਅਸੀਂ? ਸਰ ਪਤਾ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ, ਪਰ ਨਾਲੇ ਹੀ ਨਹੀਂ ਮੈਨੂੰ ਕਨੈਕਸ਼ਨ ਵੀ ਨਾਲ ਹੀ ਆਏ। ਕਨੈਕਸ਼ਨ ਕੋਡ ਤਾਂ ਕੱਟ ਗਈ ਹੈ ਸਰ? ਸਰ ਉਹ ਤਾਂ ਜਈ ਹੈ ਸਾਨੂੰ ਨਾਲ। ਹਾਂਜੀ, ਤੁਸੀਂ ਨਾਲ ਹੀ ਪੁੱਛੋ ਨਹੀਂ ਮੇਰਾ। ਸਰ ਅੱਜ ਇਹਨਾਂ ਦਾ ਬਿਜਲੀ ਕਨੈਕਸ਼ਨ ਜਿਹੜਾ ਉਹ ਜੋੜ ਦਿੱਤਾ ਗਿਆ ਰਾਤ ਦੇ ਅੰਧੇਰੇ ਵਿੱਚ, ਕਿਆ ਬਿਜਲੀ ਡਿਪਾਰਟਮੈਂਟ ਕੋਲ ਦਿਨ ਨੂੰ ਸਮਾਂ ਨਹੀਂ ਲੱਗਦਾ? ਸਰ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਇੰਨਾ। ਕਨੈਕਸ਼ਨ ਕੌਣ ਜੋੜ ਕੇ ਗਿਆ? ਸਰ ਮੈਂ ਹੀ ਜੋੜੀ ਗਿਆ, ਫਿਰ ਮੈਨੂੰ ਜੇ ਕਹਿੰਦੇ ਤੁਹਾਨੂੰ ਕਿਸੇ ਦਾ ਫੋਨ ਆਇਆ ਸੀਗਾ? ਹਾਂਜੀ, ਕਿਹਦਾ ਫੋਨ ਆਇਆ ਸੀ? ਜੇ ਸਾਹਿਬ ਦਾ ਹੀ ਆ। ਕੀ ਕਹਿੰਦੇ ਸਰ? ਕਹਿੰਦੇ ਕਨੈਕਸ਼ਨ ਜੋੜ ਦਿਓ। ਅੱਜ ਆਇਆ ਸੀਗਾ? ਹਾਂਜੀ, ਬੁੱਧਵਾਰ। ਹਾਂਜੀ, ਮਿਹਰਬਾਨੀ। ਕਿੰਨੇ ਵਜੇ ਜੋੜਿਆ ਸਰ? ਸਰ ਮੈਂ ਸ਼ਾਮੀ ਜੋੜਿਆ। ਕਿੰਨੇ ਵਜੇ?
ਠੀਕ ਹੈ।